सतनाम करता पुरख निर्भो निर्वैर अकाल मूर्त अजूनी सैभं गुरु प्रसाद तंडी बंदश मैं कोई ना डठा तू नानक मन पाना कोल कुम्हाई तिस मित्र विचोले जय मिल कंत पछाना कोल कुम्हाई तिस मित्र विचोले जय मिल कंत पछाना सतनाम वाहे गुरु साहेब जियो सूहे महला पंजवा गुर कै बचन हृदय ध्यान धारी रसना जाप जपों बनवारी गुर कै बचन हृदय ध्यान धारी रसना जाप जपों बनवारी सफल मूरत दर्शन बलिहारी चरण कमल मन प्राण आधारी रहा साध संग जन्म मरण निवारी अमृत कथा सुन करन आधारी काम क्रोध लोभ मोह तजारी दृढ़ नाम दान इशनान सुचारी कहो नानक एह तत बिचारी राम नाम जप पार उतारी कहो नानक एह तत बिचारी राम नाम जप पार उतारी वाहिगुरु जी का खालसा वाहिगुरु जी की फतेह जुगो जुग अटल शब्द सतगुरु तन तन गुरु ग्रंथ साहिब जी दातार पिता अकाल पुरख वाहिगुरु जी आप जी का कोटान कोट शुक्र है धनवाद है। जीवन सफर विच एक होर समुचा दिन असी मान सके शाम दा दीवान गुरुद्वारा साहब तो आप मान रहे हो
ਟੈਲੀਵਿਜ਼ਨ ਰਾਹੀਂ, ਵੱਖਰੇ ਵੱਖਰੇ ਚੈਨਲਸ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ। ਅਜੇ ਹੁਣੇ ਹਰੀ ਜਸ ਕੀਰਤਨ ਉਹਦਾ ਸਮਾਪਨ ਹੋਇਆ ਹੈ। ਹੁਣ ਸਮਾਂ ਬਣਿਆ ਕੁਝ ਵਕਤ ਅਸੀਂ ਗੁਰ ਆਗੋਸ਼ ਵਿੱਚ ਆਪਣੀ ਸੁਰਤ ਨੂੰ ਸਮਾਉਂਦਿਆਂ ਹੋਇਆਂ ਗੁਰਬਚਨਾਂ ਦੇ ਨਾਲ ਆਪਣੇ ਆਪ ਨੂੰ ਜੋੜਾਂਗੇ। ਗੁਰ ਸ਼ਬਦ ਦੀ ਸਿੱਖਿਆ ਆਪਣੇ ਹਿਰਦੇ ਘਰ ਦੇ ਵਿੱਚ, ਉਹਦੀਆਂ ਬੂੰਦਾਂ, ਉਹਦੀ ਵਰਖਾ, ਉਹ ਹੋ ਸਕੇ ਇਸ ਗੋਚਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਕਰਦੇ ਹਾਂ। ਇਸ ਗੋਚਰੇ ਅਗਲਾ ਸਮਾਂ ਅਸੀਂ ਲਗਾਵਾਂਗੇ। ਜੋ ਸਾਡੀ ਵਿਆਖਿਆ ਚੱਲ ਰਹੀ ਹੈ ਸੂਹੀ ਰਾਗ ਵਿੱਚ, ਪੰਚਮ ਪਾਤਸ਼ਾਹ ਗੁਰੂ ਅਰਜਨ ਪਾਤਸ਼ਾਹ ਜੀ ਦੁਆਰਾ ਇਹ ਬਚਨ ਉਚਰਿਤ ਕੀਤੇ ਗਏ ਨੇ। ਸ਼ਬਦ ਦਾ ਜੋ ਮੁੱਖ ਸੁਨੇਹਾ ਹੈ, ਲਾਈਨਸ ਵਿਚ ਆਰ ਕੈਰਿੰਗ ਮੇਨ ਮੈਸੇਜ ਆਫ ਦੀ ਸ਼ਬਦ ਵਿਚ ਵੀ ਕਾਲਡ ਔਰ ਇਟਸ ਰਿਟਨ ਐਜ ਏ ਰਹਾਓ ਮੇਨ ਮੈਸੇਜ ਲਾਈਨ। ਸਭ ਜ਼ਿਕਰ ਕਰਦੇ, ਸਫਲ ਮੂਰਤ ਦਰਸ਼ਨ ਬਲਿਹਾਰੀ, ਚਰਨ ਕਮਲ ਮਨ ਪ੍ਰਾਣ ਅਧਾਰੀ ਰਹਾਓ। ਸਫਲ ਮੂਰਤ ਦਰਸ਼ਨ ਬਲਿਹਾਰੀ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵੋਕੈਬਲਰੀ ਹੈ, ਜਿਹੜਾ ਉਹ ਸਾਰਾ ਜੋਗ੍ਰਾਫਿਕਲ ਇਲਾਕਾ ਸੀਗਾ ਜਿਹਦੇ 'ਚ ਗੁਰੂ ਮਹਾਰਾਜ ਜੀ ਨੇ ਸਾਰੇ ਬਚਨ ਉਚਰਿਤ ਕੀਤੇ, ਮਾਨਵਤਾ ਨੂੰ ਬਖਸ਼ੇ, ਮਾਨਵਤਾ ਦੇ ਕਲਿਆਣ ਹਿੱਤ, ਜੋ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਉੱਥੋਂ ਦੀ ਹਿਊਮਨ ਸਿਵਿਲਾਈਜੇਸ਼ਨ ਨੇ, ਹਿਊਮਨ ਜਿਹੜੀ ਮਨੁੱਖੀ ਸੱਭਿਅਤਾ ਸੀ ਸਾਰੇ ਦੀ ਸਾਰੀ, ਜੋ ਕੁਝ ਵੀ ਉਹਨਾਂ ਨੇ ਸਪਿਰਿਚੁਅਲ ਸਾਈਡ ਤੋਂ, ਅਧਿਆਤਮੀ ਤਲ ਤੋਂ, ਰੂਹਾਨੀ ਸਾਈਡ ਤੋਂ ਕਮਾਇਆ ਸੀਗਾ, ਅਤੇ ਜਿਹੜਾ ਉਸ ਸਾਰੇ ਖਿੱਤੇ 'ਤੇ ਕਲਚਰ ਡੋਮੀਨੇਟ ਕਰ ਰਿਹਾ ਸੀਗਾ, ਜਿਹਦੀ ਵੋਕੈਬਲਰੀ, ਜਿਹਦੇ ਵਰਡਸ, ਜਿਹਦੇ ਬਾਰੇ ਲੋਕਾਂ 'ਚ ਵਾਕਫੀਅਤ ਸੀਗੀ, ਜਿਹੜੀ ਉਹਨਾਂ ਨੂੰ ਹੈਰੀਟੇਜ ਲੱਗਦੀ ਸੀ ਆਪਣੀ, ਉਹ ਸਾਰੇ ਉਸ ਰੂਪ ਦੇ ਵਿੱਚ। ਗੁਰੂ ਸਾਹਿਬ ਨੂੰ ਸਾਰੀ ਵੋਕੈਬਲਰੀ ਨੂੰ, ਸਾਰੀ ਟਰਮਨੋਲੋਜੀ ਨੂੰ, ਸਾਰੇ ਪ੍ਰਤੀਕ, ਸਿੰਬਲ, ਮੈਟਾਫੋਰ ਸਾਰੇ ਦੇ ਸਾਰੇ ਚੁੱਕ ਲਏ, ਕਿਉਂਕਿ ਰੀਜ਼ਨ ਇਹ ਹੈ, ਸਿਆਣੇ ਦਾਨੇ ਲੋਕ ਉਹੀ ਹੁੰਦੇ ਨੇ ਜੋ ਅਵੇਲੇਬਲ ਆ ਉਹਨੂੰ ਲੈ ਕੇ ਨਵੀਂ ਉਸਾਰੀ ਸਾਜ ਦੇਣ। ਅਦਰਵਾਈਜ਼ ਲੋਕ ਕੰਪਲੇਨ ਹੀ ਕਰੀ ਜਾਂਦੇ ਨੇ, ਸਾਡੇ ਕੋਲ ਹੈ ਹੀ ਕੁਝ ਨਹੀਂ, ਮਿਲੇਗਾ ਕਿ ਕਿੱਥੋਂ ਆਏਗਾ, ਕਿਸ ਤਰੀਕੇ ਦੇ ਨਾਲ। ਰਿਸੋਰਸਿਸ ਜੋ ਅਵੇਲੇਬਲ ਆ ਉਹਦੇ ਵਿੱਚੋਂ ਹੀ ਜਨਰੇਟ ਹੁੰਦਾ ਹੈ। ਸਪਿਰਿਚੁਅਲ ਸਾਈਡ 'ਤੇ ਵੀ ਇਹੀ ਹੈ, ਲੋਕਾਂ ਨੂੰ ਜਿਹੜੀ ਭਾਸ਼ਾ, ਜਿਹੜੀ ਜ਼ਬਾਨ, ਜਿਹੜੀ ਲੈਂਗੁਏਜ, ਜਿਹੜਾ ਮੁਹਾਵਰਾ, ਈਡੀਅਮ, ਵਟ ਐਵਰ ਦੇ ਹੈਵ, ਬਾਬਾ ਜੀ ਨੇ ਉਹਦੇ ਉੱਤੇ ਉਸੇ ਜੋ ਪ੍ਰਾਪਤ ਉਹਨਾਂ ਦੇ ਕੋਲ ਵੇਵ ਸੀਗੀ, ਉਸੇ ਵੇਵ ਉਸੇ ਉੱਤੇ ਸੱਚ ਦਾ ਬੇੜਾ ਚੜਾ ਦਿੱਤਾ ਕਿ ਇਹਦੇ 'ਤੇ ਸਵਾਰ ਹੋ ਤੁਸੀਂ। ਵਾਈ ਐਮ ਐਕਚੁਅਲੀ ਟਰਾਇੰਗ ਟੂ ਐਕਸਪਲੇਨ ਔਰ ਗਿਵਿੰਗ ਸਮ ਕਾਇੰਡ ਆਫ ਇਨਫੋਰਮੇਸ਼ਨ ਵਿਚ ਇਜ਼ ਬੜੀ ਬੜੀ ਬਰੋਡ ਬਣਦੀ ਹੈ ਅਤੇ ਵੱਡੇ ਵੱਡੇ ਲੈਵਲ 'ਤੇ ਆ ਰਹੀ ਹੈ। ਉਹਦਾ ਕਾਰਨ ਇਹ ਹੈ ਕਿ ਜਿਹੜੇ ਸ਼ਬਦ ਨੇ ਇਹਨਾਂ ਨੂੰ, ਜਦੋਂ ਅੱਜ ਦੀ ਦੁਨੀਆ ਵਿੱਚ ਅਸੀਂ ਜੀ ਰਹੇ ਹਾਂ ਅਤੇ ਉਹਦੇ ਅੰਦਰ ਜਿਹੜੀ ਇਲੀਟਰੇਸ਼ਨ ਆ, ਦੇਖੋ ਇਹ ਸਾਰੀ ਜੰਗ ਜਿਹੜੀ ਹੈ, ਜਿਹੜੀ ਕੁਦਰਤ ਨੇ ਬਣਾਈ ਹੈ, ਇਹ ਹਨੇਰੇ ਅਤੇ ਚਾਨਣ ਵਿੱਚ ਹੈ। ਰੌਸ਼ਨੀ, ਪ੍ਰਕਾਸ਼ ਅਤੇ ਜਿਹੜਾ ਹਨੇਰਾ ਆ, ਅੰਧਕਾਰ, ਇਹਦੇ ਵਿੱਚ ਰੌਸ਼ਨੀ ਪ੍ਰਤੀਕ ਹੈ ਗਿਆਨ ਦੀ, ਸੋਝੀ ਦੀ, ਸਮਝ ਦੀ, ਚੰਗਿਆਈ ਦੀ, ਅਛਿਆਈ ਦੀ, ਸ਼ੁਭਤਾ ਦੀ, ਗੁਣਾਂ ਦੀ,
ਇਹ ਸਭ ਦੀ ਰੋਸ਼ਨੀ ਸਿੰਬਲ ਆ, ਪ੍ਰਤੀਕ ਹੈ। ਹਨੇਰਾ ਪ੍ਰਤੀਕ ਹੈ ਬੁਰਿਆਈ ਦਾ, ਕੂੜ ਦਾ, ਕੁਚੱਜ ਦਾ, ਕੁਸਤ ਦਾ, ਕੁਮਤ ਦਾ, ਸਭ ਇਸ ਚੀਜ਼ ਦਾ। ਜੰਗ ਚੱਲ ਰਹੀ ਹੈ। ਇਸ ਜੰਗ ਦੇ ਵਿੱਚ ਕੋਈ ਚੀਜ਼ ਸੱਚ ਵੀ ਹੋਏ, ਪਰ ਜੇ ਕੂੜ ਜ਼ੋਰਾਵਰ ਆ, ਤੁਸੀਂ ਦੇਖੋਗੇ ਨਾ ਜਿਹੜਾ ਹਨੇਰਾ ਆ, ਇਹਦੀ ਕੋਈ ਇੱਕ ਵਰਾਇਟੀ ਨਹੀਂ ਗੀ। ਡਾਰਕਨੈਸ ਇਟਸੈਲਫ ਵੈਰੀਜ਼ ਐਟ ਸੋ ਮੈਨੀ ਲੈਵਲ। ਰਾਤ ਦਾ ਹਨੇਰਾ ਵੀ ਹੁੰਦਾ, ਠੀਕ ਹੈ, ਇਹ ਸਾਨੂੰ ਲੱਗਦਾ ਹਨੇਰਾ ਆ। ਕਈ ਵਾਰ ਰਾਤ ਦਾ ਹਨੇਰਾ ਨਹੀਂ, ਸਿਰਫ ਸੂਰਜ ਜਿਹੜਾ ਆ ਉਹਦੇ ਗੜੂੰਦ ਹੋਣ ਦੇ ਨਾਲ, ਸੂਰਜ ਦੇ ਸੈੱਟ ਹੋਣ ਜਾਣ ਦੇ ਨਾਲ ਜਿਹੜਾ ਹਨੇਰਾ, ਉਹ ਨਹੀਂ ਹਨੇਰਾ। ਹਨੇਰਾ ਕੀ ਹੈ? ਬਹੁਤ ਵੱਡਾ ਤੂਫਾਨ ਆ ਗਿਆ, ਉਸ ਤੂਫਾਨ ਦੇ ਵਿੱਚ ਗੁਬਾਰ ਉੱਠਿਆ, ਸੂਰਜ ਚੜ੍ਹਿਆ ਅਸਮਾਨ ਦੇ ਵਿੱਚ, ਪਰ ਹਕੀਕਤ ਇਹ ਹੈ ਉਸ ਗੁਬਾਰ ਨੇ ਐਸੀ ਚਾਰ ਛਪਰੇ ਹਨੇਰੀ ਉਠਾਈ ਹੈ, ਇੰਨੀ ਮਿੱਟੀ ਧੂੜ ਸਭ ਚੀਜ਼ਾਂ ਉਠਾ ਦਿੱਤੀਆਂ, ਦਿਸਦਾ ਹੀ ਕੁਛ ਨਹੀਂ ਗਾ। ਦੈਟ ਇਜ਼ ਆਲਸੋ ਕਾਇੰਡ ਆਫ ਡਾਰਕਨੈਸ। ਇਹਦੀ ਵੀ ਜਿਹੜੀ ਹੈ, ਤੁਸੀਂ ਦੇਖੋ ਕਿ ਇਹਨੂੰ ਇੱਕ ਨੈਕਸਟ ਲੈਵਲ 'ਤੇ ਤੁਸੀਂ ਦੇਖਦੇ ਹੋ। ਇਹੋ ਜਿਹੇ ਹਨੇਰੇ ਦੇ ਵਿੱਚ ਤੁਸੀਂ ਦੀਵੇ ਵੀ ਬਾਲੋ, ਤੁਸੀਂ ਸ਼ਮਾ ਵੀ ਜਗਾਓ, ਕਿਵੇਂ ਜਗਾਓਗੇ? ਨਹੀਂ ਜਗੇਗੀ। ਗੁਬਾਰ ਦੀ ਹਾਲਤ ਜਿਹੜੀ ਹੈ, ਇਹ ਬਹੁਤ ਵੱਡੀ ਹਾਲ, ਮਤਲਬ ਜਿਹਨੂੰ ਕਿਹਾ ਜਾਏ ਕਿ ਚਾਹ ਕੇ ਵੀ ਤੁਸੀਂ ਉਹਦੇ 'ਚ ਰੌਸ਼ਨੀ ਨਹੀਂ ਮਾਣ ਸਕਦੇ, ਉਹਦੇ 'ਚ ਤੁਸੀਂ ਵੇਖ ਨਹੀਂ ਸਕਦੇ, ਤੁਰ ਨਹੀਂ ਸਕਦੇ। ਈਵਨ ਸਾਡੇ ਅਸੀਂ ਇਸ ਮੋਬਾਲਿਕ 'ਚ ਅਸੀਂ ਰਹਿੰਦੇ ਹਾਂ, ਮਿੱਟੀ ਦਾ ਤੂਫਾਨ ਨਾ ਹੋਏ, ਸਨੋਅ ਦਾ, ਬਰਫੀਲੀਆਂ ਹਵਾਵਾਂ ਚੱਲਣ ਲੱਗ ਜਾਣ, ਬੜੇ ਵੱਡੇ ਲੈਵਲ 'ਤੇ ਕੋਈ ਵਿੰਟਰ ਸਟੋਰਮ ਆਵੇ, ਵਿਜ਼ੀਬਿਲਟੀ ਜ਼ੀਰੋ ਹੋ ਜਾਂਦੀ ਹੈ, ਉਹ ਸਾਰੇ ਦੇ 'ਚ ਟ੍ਰੈਫਿਕ ਖੜ੍ਹ ਜਾਂਦਾ ਹੈ, ਲੋਕ ਖੜ੍ਹ ਜਾਂਦੇ ਨੇ, ਲਾਈਟਾਂ ਜਗਦੀਆਂ, ਰੌਸ਼ਨੀ ਹੁੰਦੀ, ਸਭ ਕੁਝ ਹੋਣ ਦੇ ਬਾਵਜੂਦ ਵੀ ਰਾਹ ਨਹੀਂ ਦਿਸਦਾ। ਗੁਰੂ ਬਾਬਾ ਜੀ ਦੇ ਜਦੋਂ ਅਸੀਂ ਸ਼ਬਦ ਪੜ੍ਹਦੇ ਹਾਂ ਨਾ, ਮਹਾਰਾਜ ਉਸ ਸਮੇਂ ਦੀ ਵਿਆਖਿਆ ਕਰਦੇ। ਮਹਾਰਾਜ ਕਹਿੰਦੇ, ਗੁਰੂ ਨਾਨਕ ਸਾਹਿਬ ਦੀ ਆਮਦ ਦੇ ਸਮੇਂ ਦੀ ਬਾਤ ਅਸੀਂ ਕਰੀਏ ਜੇ, ਮਹਾਰਾਜ ਜ਼ਿਕਰ ਕਰਦੇ ਵੀ ਕੂੜ ਅਮਾਵਸ, ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ, ਅੰਧੇਰ ਹੈ ਰਾਹ ਨਾ ਕੋਈ। ਐਸੀ ਕਾਲੀ ਬੋਲੀ ਰਾਤ ਹੈ, ਹੱਥ ਵੀ ਪਸਾਰਿਆ ਨਜ਼ਰ ਨਹੀਂ ਪੈਂਦਾ, ਭਾਲ ਵਿਕੁੰਨੀ, ਲੱਭਿਆ ਵੀ ਕੁਝ ਨਹੀਂ ਲੱਭਦਾ। ਕਾਇੰਡ ਆਫ ਜਿਹਨੂੰ ਕਿਹਾ ਜਾਏ ਕਿ ਸਟੇਟ ਆਫ ਇਲੀਟਰੇਸ਼ਨ। ਇਸ ਸਾਰੇ ਦੇ ਵਿੱਚੋਂ ਬੰਦਾ ਕਿਸ ਪਾਸੇ ਜਾਏਗਾ? ਮੈਂ ਜੇ ਦੋ ਤਿੰਨ ਹਨੇਰਿਆਂ ਦੀ ਬਾਤ ਕੀਤੀ, ਇਹ ਕਿਸ ਤੋਂ ਵੀ ਵੱਡਾ ਹਨੇਰਾ ਹੈ, ਫੋਕ, ਧੁੰਦ, ਇਤਨੀ ਜ਼ਿਆਦਾ ਬੇਬਹਾ ਪੈ ਜਾਏ, ਚਿੱਟਾ ਹੀ ਚਿੱਟਾ ਹੈ ਸਭ, ਪਰ ਉਸ ਚਿੱਟੇ ਦੇ ਵਿੱਚ ਕੁਛ ਵੀ ਨਹੀਂ ਦਿਸ ਰਿਹਾ, ਨਾ ਉੱਥੇ ਦੀਵਾ ਕੰਮ ਕਰ ਰਿਹਾ, ਨਾ ਉੱਥੇ ਬੱਤੀ ਕੰਮ ਕਰ ਰਹੀ ਹੈ। ਚਲੋ ਗੁਬਾਰ ਹੈ ਤਾਂ ਬੰਦਾ ਕਹਿੰਦਾ ਅੱਖਾਂ ਹੀ ਨਹੀਂ ਖੁੱਲ੍ਹਦੀਆਂ, ਇਸ ਕਰਕੇ ਬਾਹਰ ਕੀ ਵੇਖਾਂਗੇ, ਇੱਥੇ ਅੱਖਾਂ ਵੀ ਖੋਲ੍ਹ ਲਓ ਸਾਰੀਆਂ, ਫਿਰ ਕਿਹੜਾ ਦਿਸ ਜਾਏਗਾ? ਸ਼ਮਾ ਬਾਲ ਲਓ, ਰੌਸ਼ਨੀ ਬਾਲ ਲਓ, ਦੀਵੇ ਬਾਲ ਲਓ, ਨਥਿੰਗ। ਜਦੋਂ ਵਾਹਿਗੁਰੂ ਦਾਸ ਜੀ ਦੇ ਸ਼ਬਦਾਂ ਨੂੰ ਪੜ੍ਹਦੇ ਹਾਂ ਨਾ, ਕਹਿਣਗੇ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ, ਮਿੱਟ ਗਈ ਧੁੰਦ, ਧੁੰਦ ਲਾਈ ਉਹਨਾਂ ਨੇ। ਇਹ ਕਿਹੜੀ ਦਸ਼ਾ ਆ? ਬੰਦਾ ਇਹੋ ਜਿਹੀ ਅਗਿਆਨਤਾ ਮੂੜਤਾ ਵਿੱਚ ਆ ਕਿ ਉਸਨੂੰ ਖੁਦ ਨੂੰ ਨਹੀਂ ਪਤਾ ਕਿ ਉਹ ਚੜ੍ਹਦੇ ਸੂਰਜ ਦੇ ਭੁਲੇਖੇ ਡੁੱਬਦੇ ਵੱਲ ਜਾ ਰਿਹਾ ਹੈ। ਉਸਨੂੰ ਖੁਦ ਨੂੰ ਅਹਿਸਾਸ ਨਹੀਂ ਕਿ ਉਹਦੀ ਦਸ਼ਾ ਜਿਹੜੀ ਹੈ ਗਿਆਨ ਦੀ ਨਹੀਂ, ਅਗਿਆਨ ਦੀ ਹੈ। ਉਹਨੂੰ ਖੁਦ ਨੂੰ ਪਤਾ ਨਹੀਂ, ਉਹ ਬਾਵਲਾ ਹੋ ਗਿਆ, ਪਾਗਲ ਹੋ ਗਿਆ, ਕਮਲਾ ਹੋ ਗਿਆ, ਇਲੀਟਰੇਟ ਹੋ ਗਿਆ। ਇਹ ਹਾਲਤ ਜਿਹੜੀ ਹੈ, ਜਿਹਦੇ ਬਾਰੇ ਆਪਾਂ ਇਸੇ ਹਾਜ਼ਰੀ ਸ਼ਾਇਦ ਇੱਕ ਦਿਨ ਬਾਤ ਪਾ ਰਹੇ ਸੀਗੇ ਕਿ ਅਨਕੌਂਸ਼ੀਅਸ ਅਨਕੰਪੈਟੀਬਲ,
ਬੰਦਾ ਜੀਵਨ ਜੀਣ ਲਈ ਕੰਪੈਟੀਬਲ ਨਹੀਂ, ਉਹਨੂੰ ਪਤਾ ਨਹੀਂ ਜ਼ਿੰਦਗੀ 'ਚ ਕਿਹੜਾ ਸਟੈਪ ਲੈਣਾ ਹੈ, ਕਿਹੜਾ ਨਹੀਂ ਲੈਣਾ, ਕਿਸ ਤਰੀਕੇ ਨਾਲ ਜੀਣਾ, ਕਿਸ ਤਰੀਕੇ ਨਾਲ ਨਹੀਂ ਜੀਣਾ। ਬਟ ਅਨਫੋਰਚੁਨੇਟਲੀ ਹੈ ਵੀ ਅਨਕੌਂਸ਼ੀਅਸ, ਉਹਨੂੰ ਪਤਾ ਵੀ ਕੁਛ ਨਹੀਂ ਕਿ ਮੇਰੇ ਅੰਦਰ ਇਹ ਹਾਲਤ ਆ। ਇਹ ਜਿਹੜਾ ਬਾਵਲਾ ਪੰਨਿਆ, ਇਹ ਹਾਲਤ ਇਹ ਹੁੰਦੀ ਹੈ ਕਿ ਚਲੋ ਕਿਸੇ ਕੋਲ ਧਰਮ ਨਹੀਂ, ਕਿਸੇ ਨੂੰ ਧਰਮ ਦਾ ਪਤਾ ਨਹੀਂ, ਧਰਮ ਦੀ ਸੋਝੀ ਨਹੀਂ। ਉਹਨੂੰ ਤਾਂ ਧਰਮ ਦੀ ਸੋਝੀ ਦਿਓਗੇ, ਧਰਮ ਵਿਖਾਓਗੇ, ਧਰਮ ਸਮਝਾਓਗੇ। ਪਰ ਜਿਹੜਾ ਬੰਦਾ ਤਾਂ ਕਹਿੰਦਾ ਮੈਨੂੰ ਧਰਮ ਦੱਸੋਗੇ ਤੁਸੀਂ? ਈਸਟਰਨ ਸਾਈਡ ਦੇ ਵਿੱਚ, ਈਸਟਰਨ ਸਕੂਲ ਆਫ ਥਾਟ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਸਾਲਾਂ ਤੋਂ ਉੱਥੇ ਵੱਡੇ ਵੱਡੇ ਸ਼ਾਸਤਰ ਲਿਖੇ ਗਏ, ਗ੍ਰੰਥ ਲਿਖੇ ਗਏ, ਰਚਨਾਵਾਂ ਰਚੀਆਂ ਗਈਆਂ, ਇੰਤਹਾ ਨਹੀਂ। ਇੱਕ ਛੋਟੀ ਜਿਹੀ ਨਾਲ ਇਗਜ਼ਾਮਪਲ ਹੋਰ ਜੋੜ ਕੇ ਫਿਰ ਇਸ ਬਚਨ 'ਤੇ ਵਾਪਸ ਆ ਜਾਂਦਾ, ਬਿਕੋਜ਼ ਜਿਹੜਾ ਅੱਜ ਦਾ ਸ਼ਬਦ ਆ ਰਿਹਾ, ਸਫਲ ਮੂਰਤ ਦਰਸ਼ਨ ਬਲਿਹਾਰੀ। ਵੈਨ ਗੁਰੂ ਨਾਨਕ ਸਾਹਿਬ ਵਾਜ਼ ਵਿਜ਼ਿਟਿੰਗ ਡਿਫਰੈਂਟ ਡਿਫਰੈਂਟ ਪਲੇਸਿਸ ਐਂਡ ਬਲੈਸਿੰਗ ਪੀਪਲ ਵਿਦ ਹਿਸ ਟੀਚਿੰਗਸ, ਦੈਟ ਟਾਈਮ ਸਮ ਪੀਪਲ ਵਰ ਵਿਟਨੈਸਿੰਗ ਗੁਰੂ ਨਾਨਕ ਸਾਹਿਬ ਐਂਡ ਦੇ ਵਰ ਸਮ ਵਰ ਵੈਰੀ ਐਕਚੁਲੀ ਗਲੈਡ, ਸਮ ਵਰ ਵੈਰੀ ਹੈਪੀ, ਐਂਡ ਸਮ ਆਸਕ ਸੋ ਮੈਨੀ ਕੁਐਸਚਨਸ ਆਫ ਗੁਰੂ ਨਾਨਕ ਸਾਹਿਬ। ਦੇਰ ਵਰ ਕਾਇੰਡ ਆਫ ਪੀਪਲ ਹੂ ਵਰ ਵੈਰੀ ਇੰਟੈਲੀਜੈਂਟ, ਵੈਰੀ ਐਕਚੁਲੀ ਲਰਨਡ, ਐਂਡ ਦੇ ਵਰ ਆਸਕਿੰਗ ਗੁਰੂ ਨਾਨਕ ਸਾਹਿਬ, ਸੋ ਯੂ ਆਰ ਰਾਈਟ, ਯੂ ਆਰ ਐਕਚੁਲੀ ਕੁਲੈਕਟਿੰਗ ਵਨ ਮੋਰ ਸਕ੍ਰਿਪਚਰ ਇਨ ਇੰਡੀਅਨ ਸਬ ਕੰਟੀਨੈਂਟ, ਬਿਕੋਜ਼ ਦੇ ਆਰ ਸੋ ਮੈਨੀ ਅਦਰ ਸਕ੍ਰਿਪਚਰਸ ਪੀਪਲ ਯੂਜ਼ ਟੂ ਹੈ, ਪੀਪਲ ਸਟਿਲ ਹੈਵ, ਪੀਪਲ ਹੈਵ ਅਨਟਿਲ ਦੈਟ ਟਾਈਮ। ਸੋ ਯੂ ਆਰ ਟਰਾਇੰਗ ਟੂ ਪ੍ਰੋਡਿਊਸ ਵਨ ਮੋਰ ਕਾਇੰਡ ਆਫ ਸਕ੍ਰਿਪਚਰ, ਬਿਕੋਜ਼ ਯੂ ਆਰ ਕੁਲੈਕਟਿੰਗ ਸਮ ਰਾਈਟਿੰਗਸ ਐਂਡ ਰਾਈਟਿੰਗ ਦੈਮ ਔਨ ਏ ਬੁੱਕ, ਜਿਹਨੂੰ ਕਿਹਾ ਗਿਆ ਭਾਈ ਗੁਰਦਾਸ ਜੀ ਦੁਆਰਾ ਵੀ ਆਸਾ ਹੱਥ ਕਿਤਾਬ ਕੱਛ ਹਰ ਵਕਤ ਪੋਥੀ ਹੱਥੇ 'ਚ। ਜੇ ਅਸੀਂ ਬਾਣੀ 'ਚ ਇਸ ਲੈਵਲ 'ਤੇ ਪੜ੍ਹੀਏ ਵੀ ਇੰਨੇ ਗ੍ਰੰਥ ਪਹਿਲਾਂ ਲਿਖੇ ਗਏ ਨੇ ਭੋਜ ਪੱਤਰਾਂ ਦੇ ਉੱਤੇ, ਪਤਾ ਨਹੀਂ ਕਿੰਨੇ ਕਿੰਨੇ ਹਜ਼ਾਰਾਂ ਸਾਲਾਂ ਦਾ ਰਚਨਾ ਰਚੀ ਪਈ ਹੈ। ਤੁਸੀਂ ਮਿਊਜ਼ੀਅਮ ਵਿੱਚ ਦੇਖੋ, ਲਾਇਬ੍ਰੇਰੀਜ਼ ਵਿੱਚ ਦੇਖੋ, ਪ੍ਰਾਣੀਆਂ ਦੇ ਵਿੱਚ, ਤੁਸੀਂ ਇੱਕ ਗ੍ਰੰਥ ਹੋਰ ਰਚ ਦਿਓਗੇ, ਕੀ ਫਰਕ ਪੈ ਜਾਏਗਾ? ਅੱਗੇ ਗ੍ਰੰਥ ਇੰਨੇ ਰਚੇ ਪਏ ਨੇ। ਅਤੇ ਬਚਨ ਇਹ ਹੈ ਵੀ ਅਧਿਆਤਮ ਕਰਮ ਕਰੈ ਤੈ ਸਾਚਾ ਮੁਕਤ ਭੇਦ ਕਿਆ ਜਾਣਾ ਹੈ ਕਾਚਾ। ਅਧਿਆਤਮਕ ਤਾਂ ਉਹੀ ਹੈ ਜਿਹੜੀ ਸੱਚ ਦੇ ਕਰਮ ਦੇ ਰੂਪ ਦੇ ਅੰਦਰ ਮਨੁੱਖ ਵਿੱਚੋਂ ਉਜਾਗਰ ਹੋਏ। ਗਿਆਨ ਸਿਰਫ ਇਹ ਨਹੀਂ ਕਿ ਪੀਪਲ ਕੈਨ ਪ੍ਰਟੈਂਡ ਸਮ ਕਾਇੰਡ ਆਫ ਰਿਲੀਜੀਅਸ ਐਕਟੀਵਿਟੀਜ਼, ਪੀਪਲ ਕੈਨ ਡੂ ਸਮ ਰਿਚੁਅਲਸ ਐਂਡ ਆਫਟਰ ਦੈਟ ਦੇ ਕੈਨ ਕਲੇਮ ਦਿਸ ਯੈਸ ਵੀ ਆਰ ਵੈਰੀ ਰਿਲੀਜੀਅਸ ਐਂਡ ਸਪਿਰਚੁਅਲ ਪੀਪਲ। ਨੋ ਨੋ ਨੋ, ਇਨ ਅਕੋਰਡਿੰਗ ਟੂ ਦਿਸ ਸਕ੍ਰਿਪਚਰ, ਅਕੋਰਡਿੰਗ ਟੂ ਦੀਸ ਰਾਈਟਿੰਗਸ, ਇਫ ਐਨੀ ਵਨ ਵਾਂਟਸ ਟੂ ਕਲੇਮ ਆਈ ਐਮ ਸਪਿਰਚੁਅਲ, ਦੈਟ ਸਪਿਰਚੁਅਲਿਟੀ ਸ਼ੁੱਡ ਕਮ ਥਰੂ ਹਿਜ਼ ਔਰ ਹਰ ਐਕਸ਼ਨਸ। ਉਹਦੇ ਜ਼ਰੀਏ ਆਵੇ, ਉਹਦੇ ਜ਼ਰੀਏ ਪਤਾ ਲੱਗੇ ਹਾਂ ਇਹ ਧਰਮੀ ਹੈ, ਉਹਦੇ ਇਹ ਰੂਪਤਾ ਜਿਹੜੀ ਹੈ, ਇਹ ਲੈਵਲ ਆ ਕਿ ਜਦੋਂ ਬੰਦਾ ਇਕੱਲੀਆਂ ਗੱਲਾਂ ਬਾਤਾਂ ਨਹੀਂ, ਅਮਲ ਦਰਿਆਫਤ ਉਹਦੇ 'ਚ ਆ ਗਿਆ। ਸੋ ਗੁਰੂ ਮਹਾਰਾਜ ਜੀ ਨੇ ਉਸ ਸਮੇਂ ਦੇ ਵਿੱਚ ਜਦੋਂ ਧਰਮ ਕਰਮ ਬੜੇ ਹੋ ਰਹੇ ਨੇ, ਧਰਮ ਦੀਆਂ ਪੂਜਾ ਅਰਚਨਾਵਾਂ ਹੋ ਰਹੀਆਂ ਨੇ, ਸਭ ਕੁਛ ਹੋ ਰਿਹਾ, ਪਰ ਬੰਦੇ ਨੂੰ ਸਪਿਰਚੁਅਲ ਸਾਈਡ 'ਤੇ ਕੋਈ ਅਹਿਸਾਸ ਨਹੀਂ ਕਿ ਅਲਟੀਮੇਟਲੀ ਉਹਦੀ ਜ਼ਿੰਦਗੀ ਦਾ ਗੋਲ ਏਮ ਕੀ ਹੈ, ਕਿੱਧਰ ਜਾਣਾ, ਕਰਨਾ ਕੀ ਹੈ। ਫਿਰ ਮਹਾਰਾਜ ਨੇ ਉਸ ਸ਼ਿਰਾਜ਼ੇ ਨੂੰ, ਜੋ ਕੁਝ ਉਹਨਾਂ ਲੋਕ ਕਰ ਰਹੇ ਸੀਗੇ, ਉਹਨੂੰ ਨਵੀਂ ਅਰਥ ਦਿੱਤੇ, ਉਹਨਾਂ ਨੂੰ ਸਹੀ ਢੰਗ ਨਾਲ ਸਮਝਾਇਆ, ਐਕਸਪਲੇਨ ਕੀਤਾ, ਟੀਚ ਕੀਤਾ, ਇਹ ਸਾਰੇ ਕਰਮ ਗੁਰੂ ਬਾਬਾ ਜੀ ਨੇ ਉਸ ਲੈਵਲ 'ਤੇ ਉਹਨਾਂ ਨੂੰ ਜਿਹੜਾ ਹੈਗਾ ਨਿਵਾਜੇ ਦੇ ਕੇ। ਸੋ ਇਹ ਉਹ ਚੀਜ਼ ਜਿਹੜੀ ਹੈ ਅਸੀਂ ਇਹਨਾਂ ਸ਼ਬਦਾਂ ਦੇ ਵਿੱਚ ਇੱਥੋਂ ਅਸੀਂ ਵੇਖਾਂਗੇ, ਇਸ ਲੈਵਲ 'ਤੇ ਅੱਗੇ ਲੈ ਕੇ ਚੱਲਾਂਗੇ। ਇਹ ਜਿਹੜਾ ਸ਼ਬਦ ਆ ਰਿਹਾ ਹੈਗਾ, ਸਫਲ ਮੂਰਤ ਦਰਸ਼ਨ ਬਲਿਹਾਰੀ, ਸਫਲ ਮੂਰਤ ਮੂਰਤੀ ਦੀ ਪੂਜਾ, ਸਟੈਚੂ ਵਰਸ਼ਿਪਿਜ਼ਮ ਜਿਹੜਾ ਹੈਗਾ, ਇਹ ਰਿਹਾ ਤਾਂ ਈਜ਼ੀ ਹੈ, ਔਖਾ ਨਹੀਂ ਹੈਗਾ ਕੋਈ ਵੀ।
ਤੁਸੀਂ ਕੋਈ ਸਟੈਚੂ ਬਣਾ ਲਓ ਮਨ ਪਾਉਂਦਾ, ਉਹਦੇ ਸਾਹਮਣੇ 10-15 ਮਿੰਟ ਬੈਠ ਕੇ ਫੁੱਲ ਚੜਾ ਲਓ, ਕੁਝ ਅਗਰਬੱਤੀਆਂ ਲਗਾ ਲਓ, ਕੁਝ ਸਭ ਕੁਛ ਕਰਕੇ, ਅਤੇ ਆਫਟਰਵਰਡ ਟਰਾਈ ਟੂ ਫੀਲ ਯੈਸ ਆਈ ਹੈਵ ਡਨ ਸਮਥਿੰਗ ਰੀਲੀ ਗੁੱਡ। ਠੀਕ ਹੈ, ਇਹ ਚੀਜ਼ ਹੋ ਗਈ। ਪਰ ਇਹ ਸਭ ਕਰਨ ਦੇ ਨਾਲ ਜੀਵਨ ਵਿੱਚ ਕੀ ਫਰਕ ਪਿਆ? ਜੀਵਨ ਵਿੱਚ ਕਿਸ ਕਿਸਮ ਦੀ ਆਸਥਾ ਦੀ ਆਮਦ ਹੋਈ? ਉਹਦੇ ਲਈ ਤਾਂ ਫਿਰ ਆਈਡੀਆਲੋਜੀ ਚਾਹੀਦੀ ਆ, ਉਹਦੇ ਲਈ ਤਾਂ ਆਈਡੀਅਲਸ ਚਾਹੀਦੇ ਨੇ, ਉਹਦੇ ਲਈ ਤਾਂ ਸਹੀ ਰੂਪ ਦੇ ਵਿੱਚ ਜਿਹੜਾ ਹੈਗਾ ਜੀਵਨ ਨੂੰ ਜੀਣ ਵਾਸਤੇ ਪਾਥ ਚਾਹੀਦਾ ਪੂਰੇ ਦਾ ਪੂਰਾ। ਸੋ ਉਸ ਪਾਥ ਨੂੰ ਬਾਬਾ ਜੀ ਨੇ ਕਿਹਾ ਜੇ ਬਣਾਉਣਾ ਹੈ ਨਾ, ਤਾਂ ਫਿਰ ਇੱਕ ਮੂਰਤ ਘੜਨੀ ਪਏਗੀ। ਇਹ ਮੂਰਤ ਬਾਹਰ ਦੇ ਪੱਥਰਾਂ ਨਾਲ, ਬਾਹਰ ਦੇ ਹਥੌੜਿਆਂ ਨਾਲ, ਜਿਹੜੇ ਬਾਹਰ ਪੱਥਰਾਂ ਵਗੈਰਾ ਘੜਨ ਵਾਸਤੇ ਜਿਹੜੇ ਔਜ਼ਾਰ ਯੂਜ਼ ਹੁੰਦੇ ਨੇ ਜਾਂ ਪੇਂਟ ਕਰਨ ਵਾਸਤੇ, ਉਹਨਾਂ ਨਾਲ ਨਹੀਂ ਬਣਦੀ। ਇਹ ਮੂਰਤ ਕਿਵੇਂ ਬਣਦੀ ਹੈ ਜੀ? ਅਸੀਂ ਸ਼ਬਦ ਪੜ੍ਹਦੇ ਹਾਂ, ਜਤ ਪਹਾਰਾ ਧੀਰਜ ਸੁਨਿਆਰ, ਅਹਿਰਨ ਮਤ ਵੇਦ ਹਥਿਆਰ, ਪਾਉ ਖੱਲਾ ਅਗੰਤ ਪਤਾਉ, ਭਾਂਡਾ ਪਾਉ ਅੰਮ੍ਰਿਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ। ਇਹ ਤੇ ਸੱਚ ਦੀ ਟਕਸਾਲ ਦੇ ਚ ਘੜੀ ਜਾਂਦੀ, ਟਕਸਾਲ ਜਿਹਦੇ ਅੰਦਰ ਢਾਲ ਕੇ ਐਕਚੁਅਲੀ ਸਿੱਕੇ ਬਣਾਏ ਜਾਂਦੇ ਨੇ। ਗੌਰਮੈਂਟਸ ਜਿਹੜੀ ਸਾਰੇ ਦੀ ਸਾਰੀ ਕਰੰਸੀ ਹੈ, ਜਿਹੜਾ ਸਾਰਾ ਦਾ ਸਾਰਾ ਮਨੀ ਮੇਕਿੰਗ ਪ੍ਰੋਸੈਸ ਆ, ਉਹਨੂੰ ਬਿਲਡ ਕਰਨ ਦਾ, ਬਣਾਉਣ ਦਾ, ਪ੍ਰੋਸੈਸ ਕਰਨ ਦਾ, ਉਹ ਟਕਸਾਲ ਜਿਹੜੀ ਹੈਗੀ ਹੈ। ਹੁਣ ਉੱਥੇ ਜੇ ਦੇਖਿਆ ਜਾਏ, ਜਿਸ ਮੂਰਤੀ ਦੀ ਆਸਥਾ, ਜਿਸ ਮੂਰਤੀ ਦੀ ਪੂਜਾ, ਜਿਸ ਮੂਰਤੀ ਦੀ ਅਰਚਨਾ ਕਰਨੀ ਹੈ, ਉਹ ਮੂਰਤੀ ਬਾਹਰ ਦੀ ਨਹੀਂ, ਉਹ ਮੂਰਤ ਆਕਲਬੂਤ ਹੈ ਸਾਰੇ ਦਾ ਸਾਰਾ। ਇੱਕ ਲਬੂਤ ਨੂੰ ਮੂਰਤ ਕਿਵੇਂ ਬਣਾਓਗੇ? ਇਹਦੇ ਅੰਦਰ ਇੱਕ ਮੂਰਤ ਬਣੇਗੀ, ਉਸ ਮੂਰਤ ਨੂੰ ਫੋਲੋ ਕਰੇਗੀ ਆ ਮੂਰਤ, ਫਿਰ ਇਸ ਮੂਰਤ ਤੋਂ ਬਲਿਹਾਰ ਹੋਣ ਨੂੰ ਜੀ ਕਰੇਗਾ। ਜਿਹੜੀ ਅੰਦਰ ਮੂਰਤ ਬਣਨੀ ਹੈ ਉਹ ਕੀ ਹੈ? ਉਹ ਹੈ ਸੁਰਤ ਦੀ, ਵਿਚਾਰ ਦੀ, ਖਿਆਲ ਦੀ। ਜਿਵੇਂ ਸਪੋਜ਼ ਇਹਨੂੰ ਸਿੰਪਲ ਕਰ ਦਿੰਦਾ, ਜਦੋਂ ਕੋਈ ਕਿਸੇ ਨੂੰ ਗੱਲ ਕਹਿੰਦਾ ਆ, ਕਿਸੇ ਕਿਸਮ ਦਾ ਉਪਦੇਸ਼ ਦਿੰਦਾ ਆ, ਕਿਸੇ ਕਿਸਮ ਦੇ ਨਾਲ ਕੋਈ ਕਿਸੇ ਵਾਸਤੇ ਕੋਈ ਟੋਕ ਕੀਤੀ ਜਾਂਦੀ, ਕਿਸੇ ਨੂੰ ਕੋਈ ਟੀਚਿੰਗਸ ਦਿੱਤੀਆਂ ਜਾਂਦੀਆਂ ਨੇ, ਕਿਸੇ ਕਿਸਮ ਦੀ ਐਡਵਾਈਸ ਦਿੱਤੀ ਜਾਂਦੀ ਹੈ, ਹੁਣ ਜਿਹੜੇ ਬੰਦੇ ਨੂੰ ਦਿੱਤੀ ਜਾ ਰਹੀ ਹੈ, ਵਨ ਇਜ਼ ਗਿਵਰ, ਸੈਕਿੰਡ ਵਨ ਇਜ਼ ਰਿਸੀਵਰ, ਜਿਹੜਾ ਰਿਸੀਵ ਕਰ ਰਿਹਾ, ਈਵਨ ਕਿਹਾ ਜਾਏ ਕਿ ਪਰਸੀਵ ਕਰ ਰਿਹਾ, ਉਹ ਜਦੋਂ ਉਹਨੇ ਪਰਸੀਵ ਕਰਨਾ ਆ, ਜੋ ਪਰਸੀਵ ਪ੍ਰੋਪਰਲੀ ਐਜ਼ ਇਟ ਇਜ਼ ਕਰ ਲਵੇ। ਵੈਸੇ ਜਿਹੜਾ ਪ੍ਰੋਸੈਸ ਆਫ ਪਰਸੀਵਿੰਗ ਆ ਸਾਡੀ ਸੁਰਤ ਦਾ, ਇਹਦੇ ਬਾਰੇ ਮਲਟੀਪਲ ਲੇਅਰਸ ਨੇ। ਮਾਡਰਨ ਸਾਈਕੋਲੋਜੀ 'ਚ ਤਾਂ ਬਹੁਤ ਕੁਛ ਆ ਗਿਆ ਅੱਜ ਕੱਲ੍ਹ, ਗੁਰਬਾਣੀ ਅਤੇ ਜਿਹੜਾ ਸਾਡਾ ਹੋਰ ਲਿਟਰੇਚਰ ਹੈ, ਜੇ ਉਹਦੇ ਅਕੋਰਡਿੰਗਲੀ ਮੈਂ ਬਾਤ ਕਰਾਂ, ਅਤੇ ਕਿਹਾ ਜਾਂਦਾ ਸਾਡੇ ਪਰਸੀਵ ਕਰਨ ਦੇ ਐਟਲੀਸਟ 5 ਤਰੀਕੇ ਦੇ ਹੈਗੇ ਨੇ, ਜ਼ਿਆਦਾ ਵੀ ਨੇ ਪਰ 5 ਮੋਟੇ ਮੋਟੇ ਜੇ ਲੈ ਸਮਝ ਲਏ ਜਾਣ। ਨੰਬਰ 1 ਜਿਹੜਾ ਹੈਗਾ, ਬੰਦਾ ਜਦੋਂ ਕਿਸੇ ਦੀ ਗੱਲ ਸੁਣਦਾ ਜਾਂ ਕੋਈ ਓਬਜ਼ਰਵੇਸ਼ਨ ਕਰਦਾ, ਕਿਸੇ ਨੂੰ ਕੋਈ ਸੁਨੇਹਾ ਆਪਣੇ ਅੰਦਰ ਲੈ ਕੇ ਜਾਂਦਾ, ਪਰਸੀਵ ਕਰਦਾ ਆ, ਨੰਬਰ 1 ਲੈਵਲ ਜਿਹੜਾ ਹੈਗਾ ਉਹ ਹੈਗਾ ਕਿ ਤੁਸੀਂ ਕੋਈ ਥੋੜ੍ਹਾ ਜਿਹਾ ਖਿਆਲ ਤੁਹਾਡੇ ਵੱਲ ਨੂੰ ਤੁਰਦਾ ਆ, ਅਤੇ ਉਸੇ ਵਕਤ ਤੁਹਾਡੀ ਜਿਹੜੀ ਇਮੈਜੀਨੇਸ਼ਨ ਆ, ਇਮੈਜਨਰੀ ਜਿਹੜੀ ਉਹ ਦੁਨੀਆ ਆ, ਉਹ ਔਨ ਹੋ ਜਾਂਦੀ ਹੈ। ਬੱਚਿਆਂ ਦਾ ਖਾਸ ਕਰਕੇ ਲੈਵਲ ਹੁੰਦਾ, ਤੁਸੀਂ ਬੱਚੇ ਨੂੰ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ, ਅਜੇ ਸੁਨੇਹਾ ਉਹਨੇ ਪੂਰਾ ਸੁਣਿਆ ਨਹੀਂ, ਉਹ ਇਮੈਜਿਨ ਕਰਨਾ ਸ਼ੁਰੂ ਕਰ ਦਿੰਦਾ, ਉਹ ਜੰਪ ਇਨ ਕਰਦਾ ਜਲਦੀ ਬਾਹਰ, ਭਾਵੇਂ ਬੋਲ ਕੇ ਨਾ ਸੀ ਅੰਦਰ ਦੀ ਦੁਨੀਆ, ਉਹ ਉਹਨੂੰ ਤੁਸੀਂ ਇੱਕ ਗੱਲ ਦੱਸ ਰਹੇ ਹੋ, 50-100 ਹਜ਼ਾਰ ਗੱਲਾਂ ਉਹਦੇ ਅੰਦਰ ਚੱਲ ਪਈਆਂ ਨੇ। ਇਸ ਕਰਕੇ ਜੋ ਮੈਸੇਜ ਤੁਸੀਂ ਦਿੱਤਾ ਉਹਨੂੰ ਪਰਸੀਵ ਹੋਇਆ ਇਹ ਜ਼ਰੂਰੀ ਨਹੀਂ, ਕਿਉਂਕਿ ਇਮੈਜੀਨੇਸ਼ਨ ਹੀ ਇੰਨੀ ਜ਼ਿਆਦਾ ਹਾਈ ਹੈ ਗੱਲ ਉਹਨੂੰ, ਉਹਨੂੰ ਤੁਸੀਂ ਥੋੜ੍ਹੀ ਜਿਹੀ ਗੱਲ ਦਿੱਤੀ ਉਹ ਤਾਂ ਬੜੀ ਵੱਡਾ ਕੁਛ ਹੋਰ ਦਾ ਹੋਰ ਬਣਾ ਲਿਆ ਅੰਦਰ। ਅਤੇ ਕਈ ਵਾਰੀ ਬੱਚੇ ਦੇ ਸਪੀਕ ਆਊਟ ਲਾਊਡ, ਯੂ ਆਰ ਟੈਲਿੰਗ ਐਨੀਥਿੰਗ ਟੂ ਅ ਕਿਡ ਐਂਡ ਆਫਟਰਵਰਡ ਵਟ ਯੂ ਆਰ ਐਕਚੁਲੀ ਗੈਟਿੰਗ ਇਨ ਰਿਟਰਨ ਐਜ਼ ਅ ਟਾਕ, ਦੈਟ ਕਿਡ ਇਜ਼ ਗਿਵਿੰਗ ਯੂ ਸੋ ਮੱਚ ਐਂਡ ਆਨ ਅ ਟੋਟਲੀ ਡਿਫਰੈਂਟ ਲੈਵਲ,
you are totally actually kind of upset or saying, why are you actually, why aren't you paying attention what I'm saying? Because that kid has his or her own issue, that he is actually imagining everything on his or her level, imagination. ये बढ़िया चीज़ होता है, बढ़िया level पर बच्चियाँ चीज़ होता है, बढ़िया ज़्यादा ज़्यादातर. इस तो बाद second ज़्यादा या जो तुसी कोई कल perceive करते हैं, जिधिया साड़ियाँ existing memories ने हैं, जो दो नाल attach हो जाती हैं ना, कोई तुसी गल सुनने लग गया, जिस suppose करो मैं ही गल कर रहे हैं. तो गल करन दे दौरान तुहाडी कोई पुरानी कोई गल सुनी होई, कोई याद, कोई चीज़ जो नाल रिलेट कर गई, तो होना की है ये गल तो पता नहीं सुनी कि नहीं सुनी, वो पुरानी जिहड़ी है और न्यू होगी, दोबारा उस पासे तुर पई सारी सूरत, उन्नी देर तक कोई मिनट दो मिनट का सफर लंघ गया, फिर दोबारा वापस आए, फिर पता लगा कि वह विचला टुकड़ा किधर गया, गल दी गल हो रही थी, परसीव नहीं होया प्रॉपर. ये जिहड़ा बीज ही परसीव प्रॉपर नहीं होया, ये उगेगा कि सो सैकेंडरी लैवल है. इतने मूर्त कैसी बनेगी फिर, जो तो मूर्त अंदर ही सही नहीं बनी, बाहर किवें बनेगी? इसलिए ना बंदा अजीब जी हालत आ, पढ़ भी रहा है, सुन भी रहा है, समझ भी रहा है, लग रहा है, समझ रहा है, पर सारे तो फॉलो कर लगता, कुछ और ही बन जाता, वो एक्चुअली दिसता ही नहीं, ये मूर्त बनाई सी, ये खालिस मूर्त आ. सो सैकेंड लैवल यह है. थर्ड तो फोर्थ जिहड़े ने ये बिल्कुल कोरलेट करते हैं, खास करके जिवें असीं पोलिटिकल साइड से देखते हैं, लोग एक बिल्कुल जोरदार ओपीनियन बना लेंगे आइदर पॉजिटिव और नैगेटिव. कुछ ट्रंप के फॉलोवर होंगे, ट्रंप ने कोई गल की उन्हें अखा बंद करके फॉलो कर लेनी, बस ट्रंप ठीक है फॉलोवर ने उहदे, क्योंकि उन्हें प्रमोट करना जो मर्जी हो, गलत ठीक का निर्णय लैन की लोड़ ही नहीं. एकदम किसी ने खिलाफ गल की भावें ठीक होए, हू केयर, मैं नहीं फॉलो करनी. सो ये बिल्कुल पॉजिट जिहड़ा हैगा उहदे ऑपोजिट जिहड़ा उहदे उहदी फेवर दे विच आ जाणा. ये दो लैवल ने, ये भी चीज़ों नूं सही परसीव नहीं करन दिंदे, क्योंकि पहलू बनाई धारणा दे विच जिहड़ा प्री डिसाइडेड थॉट आ उह एग्जिस्ट करदा है, जिहड़ा मैसेज उत्ते परसीव ही नहीं होना किसी तरीके दे नाल. इहनूं जिवें परसनली तौर पर कहां ते घरां थावां दे विच हो जाता है, जिवें असीं कई वार जजमेंटल होना ही होंदा एक्चुअली, असीं किसी पेरेंट्स बारे, अपने पार्टनर बारे, अपने ईवन सिबलिंग्स बारे, अपने फ्रेंड्स बारे, आले दुआले असीं कई वार जजमेंटल हो जाते हैं, असीं कहिंदे इहनूं इह गल नहीं समझ आउणी, छड्डो परां करनी काहदे लई है. साडे हसबेंड वाइफ रिलेशनशिप्स विच बड़े वड्डे इशूज हुंदे ने, खास करके माफ़ी चाहांगा मैं, मैन डोमीनेटिंग सोसायटी दे विच लेडीज़ बारे गल कही जाती है, इहनूं नहीं पता लगना, छड्ड इहनूं गल कितें करना, ये तो की करवा दस के, इनू कि मात्या कोई, इनू कि समझ आ. इस तरीके हौली हौली पत्नी च एक बात शुरू हो जाती है, इन्हें मैनू कुछ नहीं दसना, यह जो दस रहा झूठ है, कुछ होर गल होनी है. दैट वे हुण ये साल के साल एवें चले, तो फिर बंदा एक लैवल से जाके कहे कि तुसी दोनों एक पेज पर आ जाओ. हाउ कम दे इवन डोंट नो वट डज एक्चुअली what does it mean to come on it, to come at a page, to come at a level, they don't understand at all. ee jehda rupya ee ek bahut khatarnak halat banti hai, itthe ja ke us roop vich duwan da jo message aa oh communication kaisa hoega, definitely inu si miscommunication ya lack of communication kalla nahi keh sakde, inu keh sakde zero communication, ek purab ek pachham hai, ee cheezan chaldi hai. so ee इस तरीके इतने जाके मैसेज परसीव नहीं होता. फिर एक फिफ्थ लैवल आ, एग्जैक्टली जिथे गल कही गई उ समझ आ गई, एक लैवल पर आ गए. दिस इज काइंड ऑफ इनू कहा जाता है लैवल ऑफ टेबल फैन, जिमें टेबल फैन हों पखा रख्या हों टेबल के उत्ते जड़ा, तो वो बिल्कुल सामने वो आ जाओ, उत्ते चले जाओगे तो भी नहीं, थले हो गए तो भी बिल्कुल बराबर, लैवल ऑफ ए फैन, वो तो बिल्कुल लैवल पर आ जाओ बिल्कुल सही तरीके. ये है जो तो उस तरीके परसीव हो जाए, जिन्होंने साहब ने कहा जो गुरु बात सुना रहा है, जो तो गुरु नाल जुड़ गए हो, जो तो गुरु की बात सुनने की प्रेरणा आ गई है, फिर एक चीज पक्की आ जाए, जो गुरु कहे सोई पल मानू, वट एवर माई गुरु इज टैलिंग मी, टीचिंग मी, गिविंग मी,
दैट इज अल्टीमेट ट्रूथ. एंड इवन इन गुरु ग्रंथ साहिब महाराज, गुरु महाराज हैज गिवन अस दीज काइंड ऑफ मैसेजेस डायरेक्टली, सच एज सतगुर की बाणी सत सत कर जानो गुरु सिखो. जिहड़ा गुरु का उपदेश है ये सच तो बिना होर कुछ भी नहीं, नथिंग एल्स एक्सेप्ट इट्स ट्रू एंड ट्रू एंड अल्टीमेट ट्रू. जिहड़ी ये चीज है सतगुर की बाणी सत सत कर जाणो गुरु सिखो हर करता आप मूहो कढ़ा है, यह सत दा लैवल बिल्कुल ओहो जी मूर्त अंदर बन जाए जो मेरे गुरु ने कहा मैं उसे पासे नूं तुरना है. ये चीज अंदर आ गई हुण उहदे नाल जिहड़ी फिर बाहर मूर्त बनेगी उस मूर्त दे लेट्स कम ऑन एक्चुअली स्टोरी साइड बिकॉज आई नो व्हेन वी जस्ट only discuss philosophical side then we get bored sometime. Actually I received some messages, Bhai Sahab please try to engage us with some examples, that is more useful to understand things proper way. Choti ji ek kahani nu main baat ke baki shabd arth karda hai baat samajh aa jaye. Murt actually andar bane to us murt vargi fir aa murt ban jayegi, fir is murt nal jeevan safal ho jayega. Badi lambi chodi hai kahani, kai var padhi bharat literature ch kafi inu quote kita janda hai. Oh hai ki ek rani ne ek mahal banwaya bada vadiya, mahal de ch badi umda kism di meenakari karwai. जिहड़ी उहदे च मीनाकारी हुई सारा जिहड़ी उहदे च पेंट किया डिजाइन बना बना के इस तरीके दे नाल उस तरह का सारा फर्नीचर टोटली टू जी उस महल च बनाया गया. खैर सब चीज़ां उस तरीके नाल हुई. हुण होया कि जिहड़ा उहदा वह बड़ा छोटा जिहा सीस महल पैलेस जिहड़ा बनाया उहने उहदे च हर चीज़ बड़ी वधिया, लोग तारीफ बड़ी करदे ने. ਉਹਦੀ ਕਿਤੇ ਨੌਕਰਾਣੀ ਇੱਕ ਦਿਨ ਸਫਾਈ ਕਰ ਰਹੀ ਹੈ, ਸਫਾਈ ਕਰਦਿਆਂ ਕੀ ਹੋਇਆ ਕਿ ਉਸ ਉਹਦੀ ਡੈਕੋਰੇਸ਼ਨ ਦੇ ਵਿੱਚ ਇੱਕ ਫੁੱਲਦਾਨ ਸੀ ਛੋਟਾ ਜਿਹਾ, ਐਕਚੁਲੀ ਯੂ ਕੈਨ ਸੇ ਏ ਪੋਟ ਵਿਚ ਇਜ਼ ਕੈਰਿੰਗ ਇੱਕ ਬੁਕੇ ਜਿਹੜਾ ਗੁਲਦਸਤਾ ਹੁੰਦਾ ਜਿਵੇਂ, ਉਹਨੂੰ ਸਾਫ਼ ਕਰ ਰਹੀ ਹੈ, ਉਹ ਟੁੱਟ ਗਿਆ. ਹੁਣ ਉਹਦਾ ਟੁੱਟਣਾ ਇੱਕ ਆਮ ਫੁੱਲਦਾਨ 'ਤੇ ਹੈ ਨਹੀਂ, ਉਹ ਤਾਂ ਬਿਲਕੁਲ ਜਿਹੜਾ ਸਾਰਾ ਡਿਜ਼ਾਇਨ ਆ ਉਵੇਂ ਦਾ ਫੁੱਲਦਾਨ ਕਿੱਥੋਂ ਮਿਲੇਗਾ. ਓਹੋ ਤਾਂ ਬੜੀ ਮਾੜੀ ਗੱਲ ਹੋ ਗਈ. ਖੈਰ ਰਾਣੀ ਨੇ ਗੁੱਸਾ ਬੜਾ ਕੀਤਾ ਸਭ ਚੀਜ਼ਾਂ. ਲੌਂਗ ਸਟੋਰੀ ਸ਼ੋਰਟ ਕਰਾਂ, ਉਸਨੇ ਬੜੇ ਉਮਦਾ ਕਿਸਮ ਦੇ ਹੋਰ ਕਿਸੇ, ਕਿਉਂਕਿ ਉਹ ਪੇਂਟਰ ਤਾਂ ਲੱਭਾ ਨਹੀਂ, ਉਹ ਚਲਾ ਗਿਆ ਕਿਤੇ, ਕੋਈ ਹੋਰ ਪੇਂਟਰ ਬੁਲਾਇਆ. ਉਹਨੂੰ ਕਿਹਾ ਕਿ ਆ ਦੇਖ ਰਿਹਾ ਸਾਰਾ ਸ਼ੀਸ਼ ਮਹਿਲ ਬਣਿਆ, ਕਹਿੰਦਾ ਐਵੇਂ ਦੇ ਸਾਰਾ ਫਰਨੀਚਰ ਡਿਜ਼ਾਇਨ ਹੋਇਆ, ਸਾਰੀ ਡੈਕੋਰੇਟਿਵ ਪੀਸਿਸ. ਕਹਿੰਦਾ ਕਹਿੰਦੀ ਆ ਫੁੱਲਦਾਨ ਟੁੱਟ ਗਿਆ, ਬਸ ਇਹਨੂੰ ਪੇਂਟ ਇਹਦੇ ਵਰਗਾ ਕਰਨਾ. ਉਹ ਕਹਿੰਦਾ ਠੀਕ ਹੈ, ਇਹ ਕਿਹੜੀ ਵੱਡੀ ਗੱਲ ਹੈ, ਉਹਨੇ ਕਰਤਾ ਕੀਤਾ ਤੇ ਕਰਨ ਤੋਂ ਬਾਅਦ ਜੋ ਦੇਖਿਆ ਉਹ ਬਾਤ ਨਹੀਂ ਬਣੀ, ਮੈਚ ਨਹੀਂ ਕਰਦਾ, ਉਹ ਚੀਜ਼ ਨਹੀਂ ਜਿਹੜੀ ਮੈਂ ਚਾਹੁੰਦੀ ਹਾਂ. ਜਿਵੇਂ ਦਾ ਫੁੱਲਦਾਨ ਸੀ ਉਵੇਂ ਦਾ ਨਹੀਂ ਬਣਿਆ. ਦੈਟਸ ਨੋਟ ਐਕਚੁਲੀ ਕਾਇੰਡ ਆਫ ਥਿੰਗ. ਠੀਕ ਹੈ ਜੀ, ਦੂਸਰਾ ਬੁਲਾਇਆ, ਤੀਸਰਾ ਬੁਲਾਇਆ, ਚੌਥਾ ਬੁਲਾਇਆ, ਅਲਟੀਮੇਟਲੀ ਹੋਪਲੈਸ ਹੋ ਗਈ. ਉਹ ਕਹਿੰਦੀ ਹੁਣ ਮੈਚ ਨਹੀਂ ਕਰਨਾ, ਇਹ ਤਾਂ ਬਾਤ ਬਣਨੀ ਨਹੀਂ ਹੋਣੀ. ਖੈਰ ਅਨਾਊਂਸਮੈਂਟਸ ਹੋਈਆਂ, ਕੋਈ ਇਸ ਤੋਂ ਉਮਦਾ ਕੋਈ ਕੋਈ ਕਾਰੀਗਰ ਹੋਏ, ਕੋਈ ਆਰਟਿਸਟ ਹੋਏ ਜਿਹੜਾ ਇਸ ਵਿਸ਼ ਨੂੰ ਫੁੱਲਫਿਲ ਕਰ ਸਕੇ. ਰਾਣੀ ਜੀ ਇੱਕ ਆਇਆ, ਉਹਨੇ ਕਿਹਾ ਜੀ ਮੈਂ ਬਣਾ ਦਿਆਂਗਾ. ਉਹ ਕਹਿੰਦੇ ਇੰਨੀ ਸ਼ੋਰਟੀ ਨਾਲ ਕਿਵੇਂ ਕਹਿੰਦਾ? ਕਹਿੰਦਾ ਮੈਨੂੰ ਪਤਾ ਮੇਰੀ ਆਰਟ ਦੇ ਉੱਤੇ, ਮੇਰੀ ਕਲਾ ਦੇ ਉੱਤੇ, ਮੇਰੀ ਸਕਿੱਲ ਦੇ ਉੱਤੇ. ਉਹ ਕਹਿੰਦੇ ਠੀਕ ਹੈ, ਪਰ ਹੁਣ ਗੱਲ ਇਹ ਹੈ ਕਿ ਮੇਰੀਆਂ ਕੁਝ ਕੰਡੀਸ਼ਨਸ ਨੇ. ਉਹ ਕਹਿੰਦੀ ਕੰਡੀਸ਼ਨ ਕੀ? ਕੰਡੀਸ਼ਨ ਇਹ ਹੈ ਕਿ ਇਹਦੇ ਲਈ ਸਮਾਂ ਲੱਗੇਗਾ, ਹੋ ਸਕਦਾ 2 ਮਹੀਨੇ, 3 ਮਹੀਨੇ, 4 ਮਹੀਨੇ ਲੱਗ ਜਾਣ, ਬਿਕੋਜ਼ ਇਹ ਬੜਾ ਜ਼ਹੀਨ, ਬੜਾ ਕਿਹਾ ਜਾਏ ਕਿ ਸਕਿੱਲਫੁੱਲ, ਬੜਾ ਪ੍ਰੀਸ਼ੀਅਸ ਕਿਸਮ ਦਾ, ਬੜਾ ਬੇਸ਼ਕੀਮਤੀ ਇੱਕ ਤਰ੍ਹਾਂ ਦਾ ਮੈਂ ਕੰਮ ਕਰਨਾ ਹੈ. ਸੋ ਉਸ ਜ਼ਹੀਨ ਕੰਮ ਵਾਸਤੇ, ਬੜੇ ਸਿਆਣਪ ਭਰੇ, ਬੜੇ ਸਕਿੱਲਡ ਕੰਮ ਵਾਸਤੇ ਮੈਨੂੰ ਇਸ ਕਿਸਮ ਦਾ ਸਾਰਾ ਮਾਹੌਲ ਚਾਹੀਦਾ. ਐਂਡ ਸੈਕਿੰਡ ਥਿੰਗ, ਜਿੰਨੀ ਦੇਰ ਤੱਕ ਮੈਂ ਬਣਾਵਾਂ ਸਾਰਾ ਸੀਸ ਮਹਿਲ ਕਵਰ ਹੋਏਗਾ ਤਾਂ ਕੋਈ ਬੰਦਾ ਅੰਦਰ ਨਹੀਂ ਆਏਗਾ, ਮੈਂ ਤੇ ਮੇਰੇ ਕਾਰੀਗਰ ਅੰਦਰ ਉਸ ਇੱਕ ਜਿਹੜਾ ਖਾਸ ਕਰਕੇ ਫੁੱਲਦਾਨ ਆ ਉਹਨੂੰ ਜਿਹੜਾ ਹੈਗਾ
पेंट करांगे। तो कहिंदी कमाल है, एडा औखा काम पर चलो, उहदे कोल कहिड़ा कमी है कोई, उहने सारा सील करवा तां, उहने कहा जो मूँह मंगेगा मिलेगा, सब कुछ हो गई बात। समां लगा, समां लगण तों बाद उहने इक दिन आके कहा भी परदे उतार दिओ ते राणी आके अपना फुलदान चैक कर लै। वह आई तो लिया के फुलदान चैक किया, फुलदान वल वेखे, सारी मीनाकारी वल वेखे कि बिल्कुल एक अन्ने का भी फर्क नहीं है, कंप्लीटली मैच कर रहा सारा कुछ इस तरीके। वाह व्हाट अ आर्टिस्ट, उन्हें जो वह बनता सी उस तरीके रिवॉर्ड, वह इनाम, वो प्राइज उन्होंने पे करती। उन्होंने कहा मेरे अंदर एक जिन्हों कहा जाए कि मैं बड़ी क्यूरियस है गई इस गल पता करने वास्ते कि तू किता किवें, आखिरकार एडे एडे वे आर्टिस्ट कारीगर फेल हो गए, एंड यू आर द ओनली वन एक्चुअली हैज डन दिस जॉब ऑन द सेम इन एक्चुअली दैट लैवल वेयर इवन आई कैन नॉट से फुलदान वखरा है। वो कहन लगा जी मैं दस देंगा, पर उदे वास्ते है कि तुसी सुन के किसी किस्म दे नाल ना तो गुस्सा करोगे तो ना ही कुछ होर बात, बल्कि मैनू इन्ना इनाम होर देवोगे। वो कहिंदी पक्का दा वादा ठीक है। वो कहिंदा जी सारे जिहड़े आउंदे सी गलत करदे सी, उल्टा करदे सी, वो किवें, वो कहिंदे मीनाकारी वल वेख वेख के फुलदान बनाई जांदे सीगे। वो कहिंदी हाँ, कहिंदा एवें नहीं सी करना, किवें करना सी, करना यह सीगा कि पहला एक फुलदान फड़ना सी, उहनूं मीनाकारी करनी सी नवे सिरे तो, उहनूं करन तो बाद फिर उहदे मुताबक सारा महल बना लेना सीगा। एक्चुअली इस स्टोरी में जिहड़ा ट्विस्ट आ नूं जिहड़ा असीं उस तरीके नाल देखिए, असीं अपने आप नूं नहीं बदलना चाहुंदे, इह सारा महल बदलना चाहुंदे। असीं कहिंदे हां गुरु, गुरु की सिक्ख्या सब कुछ, जिवें दी मूर्त मैं चाहुंदा उवें दी मूर्त सिक्खी दी बना दिया, मूर्त मैं उवें दी, मैं सिख ना बना, बनना गुरु मुताबक है। ये मूर्त जिवें गुरु ने बनाई है उवें अंदर बने, फिर वो मूर्त बाहर प्रगट हो, दैट इज गुरु मूर्त, दैट इज सफल मूर्त दर्शन बलिहारी। ये है उस दर्शन तो बलिहार जाण दी बात, चरण कमल मन प्राण आधारी, फिर मन उस कौल रूपी प्रभु चरणा तो दूर जाएगा ना, वो आधार बन जाएंगे वह बेस लाइन, जिन्हों कहा जाए जिंदगी का जाविया, काइंड ऑफ वे ऑफ लाइफ बिल्कुल स्पिरिचुअल बन गए। इतने सिर्फ सिखी की ही कॉन्सैप्ट है ना, इतने सिर्फ दो पल बैठ के नाम जपना यह धर्म नहीं गा, ना ना ना, इतने तो एक सह लेना धर्म है, खाना धर्म है, तुरना धर्म है, कम करना, हर चीज धर्म है, हर चीज धर्म है, ग्रस्त भी धर्म है। इतने तुम देखो ये जड़ी चीज क्या, चरण कमल मन प्राण आधारी, ऐसी हो जाए रहाओ। शुरुआती बंद है गुर कै बचन हृदय ध्यान तारी, गुरु के बचन नू हिरदे दे विच किवें बसाया, ध्यान ही धर लिया, वह ध्यान धरना जिस चीज़ ते ध्यान टका लईए बंदा, कई बार कोई हो ना काम बड़ा जरूरी हो, जिवें सपोज करो सिंपल एग्जाम्पल देना कि तुसी दुध रखिया चुल्हे ते, तो क्योंकि लिक्विड आ प्रोटीन दा भरिया होया, तो उहदे च जिस किस्म दा प्रोटीन तो लिक्विड आ, जदों उहनूं फ्लेम लगेगी, जदों उहनूं गर्मी लगेगी, तो एकदम जिहड़ा हैगा उस तरीके दे नाल वो उफान विच आवेगा। जिवें ही वह उफान विच आवेगा तो उहने अख दे झमके दे विच ही बर्तन तो बाहर आ जाणा। सो बंदा दुध रखदा तो फिर जे किसी दूजे शख्स सज्जे खब्बे जाना होए तो उन्हें कहिंदा भी लै भी ध्यान रखी उहने दा, मीन ईवन इफ यू ब्लिंक बी केयरफुल, अख दे ब्लिंक करन दे विच ही इन्ने समय दे विच ही ये कुछ हो सकता। इत्थे जिहड़ा बचन लिखा ना सब कहिंदे गुर कै बचन हृदय ध्यान धारी,
that kind of connection we have to make with our guru's teachings. ये मन बहुत जड़ा आया, ये अटपटी करने वाला आया, इन्हें निम्न खेचे सच्चे कपिल वचन बड़ा ध्यान इन बिल्कुल लाइन तो पट करने जाए. अगला वचन है रसना जाप जपो बनवारी. ओके पहला टास्क तो है बट हाउ वी कैन डू दैट. रसना जाप जपो वार वार अपने आप को रियलाइज कराओ. जपो अलापो बोलो अपने आप ना गल करो. सेल्फ कम्युनिकेट करो. वेयर आई एम गोइंग मेरा राह केड़ा राह केड़ा राह केड़ा आ सिमरन है. अगला वचन दे चाह जाएगा साध संग जन्म मरण निवारे. एंड बाय फॉलोइंग द पाथ ऑफ गुरु डेफिनेटली वी आर गोइंग टू बी बिकम ए सत्संगी. क्योंकि सत नाल संग कर लिया सब कहते जन्म मरण निवारे. बाय फॉलोइंग द पाथ ऑफ गुरु वी गोना गेट रियल सैलवेशन. जमन मरण तो बाहर आ गए. अमृत कथा सुन करण आधारी. फिर साडे कन्ना दे विच अमृत कथा. पीपल मोस्टली कंप्लेन पता नहीं की गल आ. जिवें दूजियां गल्लां सुन के कन्ना नूं चंगा लगदा बाणी सुन के नहीं लगदा. इस तरह नहीं लगता भाई अजे आधार नहीं बनिया. वंस यू गैट दैट बेस लाइन देन यू आर नॉट गोना लिसन एनीथिंग एल्स. आई हैव सीन पीपल देयर वर सम एक्चुअली प्रोफेसर्स ऑफ माइन. एंड जे कोई होर गल करो उन्होंने तो ना कहना छाड़ो पर बाद करा गल. तो जे कोई गुरबाणी रिलेटेड इस किस्म की हाईली स्पिरिचुअल लिटरेचर लिटर बंद करो गल ही कुछ नहीं. कोई कोई होर करो होर भाव उन्होंने जीवन का जोड़ा आधार इस रूप में आ गया. अमृत कथा सुन करन आधार. काम क्रोध लोभ मोह तजारी. तजारी वैसे तजारत में भी कहा जाता है कारोबार में. बट दिस तजारी मीन to give away, quit, completely come out of these weaknesses. Maharaj kehinde kaam krodh lobh moh tajari chhadte tyagte sat dete ke paase. Drid naam daan ishnan suchari. Je oh forces nahi follow kar rahe fir keda odi replacement ki kiti hai. Replacement e kiti hai ki naam daan ishnan suchari. Jeevan sucha banan vaaste eh cheezan le liye. शरीर सुचा रखना बड़ा जरूरी है. हाइजीन का ख्याल रखते ना असं मन भी सुचा रखना पैदा. अदरवाइज धोते शरीर कले की करे ना. असं बचन पढ़ते हैं ना भी महाराज जिक्र कर दे के सुचे यह ना आखी है बहन जे पिंडा तोए धो धो के पिंडे बैठे रहो. पंडित बहने होते 11,000 साल सब कहते ना नहीं वो तो है. दृढ़ नाम दान इशनान सुचारी. कहो नानक ए तत् बिचारी. हे गुरु अर्जन साहब तुहाडे चरणां ते कोटान कोट नमस्कार. क्या मैं जिहड़ी सारी गल दसी है सुट ना बई. ना 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 ए एवें नहीं भी कुछ फड़ लें कुछ छड़ दे. ना 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 जो दिता तत् ही दिता है तेनू सुनना ही है बस बस ग्रैब इट एज इट इज. क्या कहो नानक ए तत् बिचारी राम नाम जप पार उतारी. तू इस बेड़े ते चढ़ जा ते तेरा पार उतारा ना होए. गुरु अर्जन साहब कहिंदे मैं ता गवाह हां तू जरूर पार उतरेगा. नो वन कैन एक्चुअली टेक अवे योर सैलवेशन फ्रॉम यू. व्हाट एल्स डू वी वांट. दिस इज गारंटेड. गुरु महाराज इज गिविंग अस श्योरिटी. इंश्योर अस फॉलो दिस पाथ. Salvation is guaranteed. ऐसे सतगुरां तो बलिहार जाने हैं. ऐसा उपदेश है गुरु बख्शिश करे कहा सुना हिरदे चावे. COVID-19 की सिचुएशन चो लंघ रहे हाँ मालक दे चरणा अरदासा करो बिनतियाँ करो जो साडे वास आ. कोई बिद बनावे इनावर नो करते दी जगत जलंदा रख लै अपनी कृपा तार. जित दुबारा उभर है पता नहीं किहड़ा दुबारा उन्हों किहड़ा तरीका वे आउट उन्हें लभ लेना. सो वे आउट कोई दाता दे ताकि मनुखां दी जिंदगी जिहड़ी है इह सुचज वाले पासे तुर सके. इत्थे समाप्ति रागी वीरां दे 5 मिंट मैं ज़ाया कीते माफ़ी चाहांगा. इत्थे आवाज़ दे के कह देना जी वाहिगुरू जी का खालसा वाहिगुरू जी की फतह.